ਗੋਦੂ ਮੇਰੇ ਧੋਰੇ, ਗੋਦੂ ਇਹਦੇ ਪੋਤਰੇ, ਪੋਤਾ ਛਿਤਾਓ। ਮੈਂ ਵੀ ਜੱਟਾਂ ਦਾ ਪੋਤਿਆ, ਭੁੱਲਣਾ ਦਾ ਵੱਡੀ ਸਰਿਆਲੀ ਵਾਲਿਆਂ ਦਾ ਨਾ ਜੀ, ਭੁੱਲਣ ਵੀ ਲਾਹੌਰੀਆ ਜੱਟਿਆ। ਤੇਰੇ ਵਾਂਗੂ ਮੈਂ ਕੋਈ ਗੁੱਲੀ ਘਰ ਕੋਈ ਸੁਨਿਆਰਾ ਨੀ। ਇਹਨੂੰ ਕਿਰਨ ਦਰਗਿਆਂ ਨੂੰ ਇੱਥੇ ਲੋਕ ਕਹਿੰਦੇ ਗੁੱਲੀ ਘਰ ਸੁਨਿਆਰਾ। ਆਂਦੇ ਕਿ ਨਹੀਂ, ਆਂਦੇ ਕਿ ਨਹੀਂ? ਆਂਦੇ ਜਾ, ਤੂੰ ਬੜੀਆਂ ਵਧੀਕੀਆਂ ਕੀਤੀਆਂ, ਬੜੀਆਂ ਗੱਲਾਂ ਕੀਤੀਆਂ, ਆ ਜੱਟ ਤੈਨੂੰ ਲੜਕਾਉਂਦਾ ਜਿੱਥੇ ਵੇਖਣਾ ਉਹ ਵੇਖ ਲਈ। ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਵੱਲੋਂ ਕੱਲ੍ਹ ਪੱਟੀ ਵਿੱਚ ਇੱਕ ਵਰਕਰ ਮਿਲਣੀ ਰੱਖੀ ਗਈ ਸੀ। ਇਸ ਵਰਕਰ ਮਿਲਣੀ ਦੇ ਉੱਪਰ ਸਟੇਜ ਦੇ ਉੱਪਰ ਉਹਨਾਂ ਨੇ ਕਈ ਇਹੋ ਜਿਹੇ ਸ਼ਬਦ ਜਿਹੜੇ ਨੇ ਵਰਤੇ ਨੇ ਜਿਹੜੇ ਉਹਨਾਂ ਵਾਸਤੇ ਭਾਰੀ ਸਾਬਿਤ ਹੋ ਰਹੇ ਨੇ। ਦਰਅਸਲ ਕੱਲ ਉਹਨਾਂ ਨੇ ਇਸ ਰੈਲੀ 'ਚ ਜਾਂ ਇਸ ਵਰਕਰ ਮਿਲਣੀ 'ਚ ਇੱਥੋਂ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਬਾਰੇ ਗੱਲ ਕਰਦੇ ਹੋਏ ਕਈ ਸ਼ਬਦ ਆਖੇ ਸੀ। ਉਹਨਾਂ ਨੇ ਕਈ ਅਪਸ਼ਬਦ ਵੀ ਵਰਤੇ। ਇਸ ਦੌਰਾਨ ਉਹਨਾਂ ਨੇ ਦੋ ਭਾਈਚਾਰਾ, ਖਾਸ ਕਰਕੇ ਸੁਨਿਆਰਾ ਅਤੇ ਜਿਹੜੀ ਰਾਮਗੜੀਆ ਬਰਾਦਰੀ ਹੈ ਉਹਨਾਂ ਵਾਸਤੇ ਵੀ ਕਈ ਇਹੋ ਜਿਹੇ ਸ਼ਬਦ ਕੀਤੇ ਜਿਹੜੇ ਉਹਨਾਂ ਵਾਸਤੇ ਇਸ ਵੇਲੇ ਮੁਸੀਬਤ ਬਣੇ ਹੋਏ ਨੇ। ਕੀ ਕਿਹਾ ਉਹਨਾਂ ਨੇ, ਆਪਾਂ ਤੁਹਾਨੂੰ ਉਹ ਦੱਸਦੇ ਹਾਂ ਕਿ ਉਹਨਾਂ ਨੇ ਸਟੇਜ ਦੇ ਉੱਪਰ ਇਹ ਗੱਲ ਕੀਤੀ ਕਿ ਜਿਹੜਾ ਉਹਨਾਂ ਉਹ ਸੰਬੋਧਨ ਕਰ ਰਹੇ ਸੀ ਹਰਮਿੰਦਰ ਸਿੰਘ ਗਿੱਲ ਨੂੰ, ਉਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਵਗਨ ਜਿਹੜਾ ਗੁੱਲੀ ਘੱਟ ਜਾਂ ਸੁਨਿਆਰਾ ਨਹੀਂ ਆ। ਉਹਨਾਂ ਨੇ ਕਿਹਾ ਮੈਂ ਲਾਹੌਰੀਆ ਜੱਟ ਹਾਂ, ਮੈਂ ਤੁਹਾਡੇ ਵਗਨ ਗੁੱਲੀ ਘੱਟ ਸੁਨਿਆਰਾ ਨਹੀਂ ਆ। ਜਿਸ ਤੋਂ ਬਾਅਦ ਉਹਨਾਂ ਦੇ ਇਹ ਸ਼ਬਦਾਂ ਤੋਂ ਬਾਅਦ ਜਿਹੜੇ ਹੈ ਸਿਆਸਤ ਭਖਦੀ ਦਿਖਾਈ ਦੇ ਰਹੀ ਹੈ। ਹਾਲਾਂਕਿ ਉਹਨਾਂ ਦੀ ਇਸ ਸ਼ਬਦਾਵਲੀ ਤੋਂ ਬਾਅਦ ਜਿਹੜੀ ਹੈ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਕਈ ਟਵੀਟ ਕੀਤੇ ਗਏ ਨੇ ਨੇਤਾਵਾਂ ਵੱਲੋਂ। ਬਿਕਰਮਜੀਤ ਸਿੰਘ ਮਜੀਠੀਆ ਦੀ ਗੱਲ ਕਰੀਏ, ਉਹਨਾਂ ਨੇ ਟਵੀਟ ਕੀਤਾ, ਉਹਨਾਂ ਨੇ ਆਪਣੇ ਟਵੀਟ ਵਿੱਚ ਕੀ ਕਿਹਾ ਆਪਾਂ ਤੁਹਾਨੂੰ ਉਹ ਦੱਸਦੇ ਹਾਂ। ਉਹਨਾਂ ਨੇ ਕਿਹਾ ਕਿ ਆਪ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਭਾਸ਼ਣ ਦੌਰਾਨ ਰਾਮਗੜੀਆ ਤੇ ਸੁਨਾਰਿਆਂ ਬਰਾਦਰੀ ਦਾ ਕੀਤਾ ਅਪਮਾਨ। ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਦੇ ਖਾਲਸਾ ਪੰਥ ਦੀ ਸਿਰਜਣਾ, ਸਿੱਖਾਂ ਨੂੰ ਜਾਤ ਪਾਤ ਦੇ ਬੰਧਨ ਤੋਂ ਮੁਕਤ ਕੀਤਾ ਸੀ। ਪਰ ਅੱਜ ਦੇ ਅਖੋਤੀ ਬਦਲਾਅ ਵਾਲੇ ਸ਼ਰੇਆਮ ਸਟੇਜਾਂ ਤੇ ਸਿੱਖਾਂ ਦਾ ਅਪਮਾਨ ਕਰ ਰਹੇ ਹਨ। ਸਮੁੱਚੇ ਪੰਜਾਬੀਆਂ ਨੂੰ ਜਾਤ ਪਾਤ ਤੋਂ ਉੱਪਰ ਉੱਠ ਕੇ ਇਸਦਾ ਵਿਰੋਧ ਕਰਨਾ ਚਾਹੀਦਾ ਹੈ। ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋ, ਘਟੀਆ ਪੱਧਰ ਦੀ ਰਾਜਨੀਤੀ ਛੱਡੋ। ਲਾਲਜੀਤ ਸਿੰਘ ਭੁੱਲਰ ਨੂੰ ਤੁਰੰਤ ਮਾਫ਼ੀ ਮੰਗਣੀ ਚਾਹੀਦੀ ਹੈ। ਇਹ ਨਹੀਂ, ਇਸ ਤੋਂ ਬਾਅਦ ਜਿਹੜੀ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਲਾਲਜੀਤ ਸਿੰਘ ਭੁੱਲਰ ਨੂੰ ਅੜੇ ਹੱਥੋਂ ਲਿੱਤਾ। ਉਹਨਾਂ ਨੇ ਵੀ ਟਵੀਟ ਕੀਤਾ, ਉਹਨਾਂ ਨੇ ਟਵੀਟ ਵਿੱਚ ਕਿਹਾ ਕਿ ਇਹ ਬੇਹੱਦ ਸ਼ਰਮਨਾਕ ਹੈ ਕਿ ਅਜੋਕੇ ਸਮਾਜ ਵਿੱਚ ਲੋਕਾਂ ਦੇ ਵਿਚਾਰ ਇਹੋ ਜਿਹੇ ਹਨ। ਇਹ ਕੋਈ ਆਮ ਵਿਅਕਤੀ ਨਹੀਂ, ਉਹਨਾਂ ਨੇ ਇਸ ਵੀਡੀਓ ਨੂੰ ਨਾਲ ਲਗਾਇਆ ਜਿਹੜੀ ਲਾਲਜੀਤ ਸਿੰਘ ਭੁੱਲਰ ਦੀ ਵਾਇਰਲ ਵੀ ਹੋਈ। ਉਹਨਾਂ ਨੇ ਕਿਹਾ ਕਿ ਇਹ ਕੋਈ ਆਮ ਵਿਅਕਤੀ ਨਹੀਂ ਬਲਕਿ ਪੰਜਾਬ ਦੇ ਟਰਾਂਸਪੋਰਟ ਮੰਤਰੀ ਹਨ ਜੋ ਵੱਖ ਵੱਖ ਜਾਤੀਆਂ ਪ੍ਰਤੀ ਭੱਦੀ ਟਿੱਪਣੀ ਕਰਦੇ ਦਿਖਾਈ ਦੇ ਰਹੇ ਹਨ, ਆਪਣੀ ਸੋਚ ਦਾ ਜਨਾਜ਼ਾ ਕੱਢ ਰਹੇ ਹਨ। ਮੈਂ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦਾ ਹਾਂ ਕਿ ਇਸ ਉੱਤੇ ਸਖ਼ਤ ਤੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅਜਿਹੇ ਵੰਡ ਪਾਊ ਭਾਸ਼ਣਾਂ ਨੂੰ ਠੱਲ ਪਾਈ ਜਾ ਸਕੇ। ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਵੀ ਟੈਗ ਕੀਤਾ ਹੈ। ਹਾਲਾਂਕਿ ਇਸ ਤਰ੍ਹਾਂ ਦੀ ਸਿਆਸਤ ਭਖਣ ਤੋਂ ਬਾਅਦ ਜਿਹੜੇ ਲਾਲਜੀਤ ਸਿੰਘ ਭੁੱਲਰ ਨੇ ਉਹ ਸੋਸ਼ਲ ਮੀਡੀਆ ਦੇ ਉੱਪਰ ਆਪਣੀ ਵੀਡੀਓ ਪਾਉਂਦੇ ਨੇ ਜਿਹਦੇ 'ਚ ਉਹ ਮਾਫ਼ੀ ਮੰਗਦੇ ਨੇ। ਉਹਨਾਂ ਦਾ ਕਹਿਣਾ ਸੀ ਕਿ ਮੈਂ ਕਿਸੇ ਭਾਈਚਾਰੇ ਨੂੰ ਨਹੀਂ ਦੁੱਖ ਦੇਣਾ ਚਾਹੁੰਦਾ ਸੀ, ਲੇਕਿਨ ਜੇ ਕਿਸੇ ਭਾਈਚਾਰੇ ਨੂੰ ਇਸ ਤਰ੍ਹਾਂ ਮੇਰੀ ਇਸ ਸ਼ਬਦਾਵਲੀ ਨਾਲ ਦੁੱਖ ਹੋਇਆ ਤੇ ਮੈਂ ਮਾਫ਼ੀ ਮੰਗਣਾ। ਹਾਲਾਂਕਿ ਜਦੋਂ ਇਸ ਸਾਰੀ ਜਿਹੜੀ ਸ਼ਬਦ ਜਿਹੜੇ ਨੇ ਜਦੋਂ ਵਰਤੇ ਗਏ ਸੀ, ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਵੀ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਪਾਈ। ਉਹਨਾਂ ਨੇ ਵੀ ਕਿਹਾ ਕਿ ਬਹੁਤ ਘਟੀਆ ਸਤਰ ਦੀ ਇਹ ਰਾਜਨੀਤੀ ਜਿਹੜੀ ਹੈ ਦੇਖਣ 'ਚ ਮਿਲੀ ਹੈ ਕਿ ਉਹਨਾਂ ਖਿਲਾਫ਼ ਜਾਂ ਉਹਨਾਂ ਦੇ ਪਰਿਵਾਰ ਦੇ ਖਿਲਾਫ਼ ਇਸ ਤਰ੍ਹਾਂ ਦੇ ਸ਼ਬਦ ਵਰਤੇ ਗਏ ਨੇ। ਉਹਨਾਂ ਨੇ ਲਾਲਜੀਤ ਸਿੰਘ ਭੁੱਲਰ ਨੂੰ ਵੀ ਜਿਹੜੀ ਹੈ ਇਸ ਘਟੀਆ ਰਾਜਨੀਤੀ ਤੋਂ ਉੱਪਰ ਆਉਣ ਦੀ ਜਿਹੜੀ ਹੈ ਨਸੀਹਤ ਦਿੱਤੀ ਹੈ। ਹਾਲਾਂਕਿ ਸਾਰੇ ਮਾਮਲੇ ਤੋਂ ਬਾਅਦ, ਕਿਉਂਕਿ ਮਾਮਲਾ ਕਾਫ਼ੀ ਪੱਕ ਗਿਆ ਸੀ, ਉਸ ਤੋਂ ਬਾਅਦ ਜਿਹੜੀ ਹੈ ਇਸ ਦੀ ਕਿਸੇ ਨੇ ਇਲੈਕਸ਼ਨ ਕਮਿਸ਼ਨ 'ਚ ਸ਼ਿਕਾਇਤ ਵੀ ਕੀਤੀ ਹੈ ਤੇ ਮਾਮਲੇ ਦੀ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਸ਼ਿਕਾਇਤਕਰਤਾ ਦਾ ਨਾਮ ਜਿਹੜਾ
ਇੱਥੋਂ ਦੇ ਅਧਿਕਾਰੀ ਨਾਮ ਨਹੀਂ ਦੱਸ ਰਹੇ, ਲੇਕਿਨ ਸਾਹਮਣੇ ਆਇਆ ਕਿ ਇਸ ਬਾਬਤ ਜਿਹੜੀ ਇਲੈਕਸ਼ਨ ਕਮਿਸ਼ਨ 'ਚ ਸ਼ਿਕਾਇਤ ਵੀ ਕੀਤੀ ਗਈ ਹੈ। ਮਨੀਸ਼ ਸ਼ਰਮਾ, ਪੰਜਾਬ ਤੱਕ, ਤਰਨ ਤਾਰਨ।